ਹੈਗਾ ਜਦੋਂ ਦੋਸਤਾਂ ਨੂੰ ਵੇਖੀਦਾ ਦੋਸਤਾਂ ਨੂੰ ਮਿਲੀਦਾ ਬੜੀ ਦਿਲੀ ਖੁਸ਼ੀ ਔਰ ਮਿਲ ਕੇ ਸਾਥੀਆਂ ਨੂੰ ਇੱਕ ਜਨੂਨ ਪੈਦਾ ਹੁੰਦਾ ਇੱਕ ਖੁਸ਼ ਪੈਦਾ ਹੁੰਦੀ ਹੈ ਕਿ ਜਿਹੜੀ ਇੱਥੇ ਨਾ ਆਉਣਾ ਥੋੜੀ ਕਮਜ਼ੋਰ ਹੋ ਜਾਂਦੀ ਹੈ ਜਦੋਂ ਇੱਥੇ ਆਈ ਦੀ ਹੈ ਨਾ ਇੱਥੇ ਆਉਣ ਦਾ ਇਹ ਫਾਇਦਾ ਹੁੰਦਾ ਹੈ ਕਿ ਬੰਦੇ ਦਾ ਜਨੂਨ ਫਿਰ ਤੋਂ ਜਿਹੜਾ ਨਾ ਉਹ ਤਾਜ਼ਾ ਹੋ ਜਾਂਦਾ ਔਰ ਇੱਕ ਸ਼ੌਂਕ ਪੈਦਾ ਹੋ ਜਾਂਦਾ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਵੀ ਇੱਥੇ ਮਿਲਣ ਆਉਣਾ ਤੇ ਜਦੋਂ ਉਸਤਾਦਾਂ ਨੇ ਵਾਰੀ ਲਾ ਦੇਣੀ ਹੈ ਵੀ ਹੁਣ ਤੁਹਾਡੀ ਵਾਰੀ ਹੈ ਤੇ ਇੱਥੇ ਲੋਕ ਫਿਰ ਮਹਿਸੂਸ ਇਹ ਹੁੰਦਾ ਹੈ ਕਿ ਯਾਰ ਮੈਂ ਤੇ 2-4 ਮਹੀਨੇ ਰਿਹਾ ਗੈਪ 2-4 ਮਹੀਨੇ ਦੇ ਇੱਧਰ ਆਏ ਹੀ ਨਹੀਂ ਉਹ ਲਗਨ ਉਹ ਤਾਰ ਉਹ ਕਰੰਟ ਜਿਹੜਾ ਸੀ ਨਾ ਉਹ ਕਮਜ਼ੋਰ ਹੋ ਗਿਆ ਹੁਣ ਕੋਈ ਗੱਲ ਆਵੇਗੀ ਤੇ ਇੱਥੇ ਬਿਆਨ ਕਰਨੀ ਹੈ ਤੇ ਗੱਲ ਤੇ ਤਾਂ ਹੀ ਆਵੇਗੀ ਜੇ ਰਾਤਾ ਕਾਇਮ ਰਹੇਗਾ ਰਬਤ ਕਾਇਮ ਰਹੇਗਾ ਤੇ ਗੱਲ ਫੇਰ ਹੀ ਆਵੇ ਵਰਨਾ ਨਹੀਂ ਆਵੇ ਮਾਸ਼ਾਅੱਲਾ ਦੋਸਤ ਬੜੇ ਸ਼ੌਕ ਨਾਲ ਬੜੇ ਸ਼ੌਕ ਨਾਲ ਵਕਤ ਨਾਲ ਟਾਈਮ ਨਾਲ ਦੂਰ ਦਰਾਜ ਤੋਂ ਇੱਥੇ ਆਉਂਦੇ ਨੇ ਤੇ ਆ ਕੇ ਤੇ ਬਹੁਤ ਕੁਝ ਇੱਥੋਂ ਹਾਸਲ ਕਰਕੇ ਜਾਂਦੇ ਨੇ ਔਰ ਇਸ ਟਾਈਮ ਮਾਸ਼ਾਅੱਲਾ ਜਿਹੜੇ ਯਾਨੀ ਸਮਝੋ ਕਿ ਜਦੋਂ ਅਸੀਂ ਇੱਥੇ ਆਉਣ ਲੱਗੇ ਹਾਂ ਅੱਜ ਤੋਂ ਕੋਈ 25 ਸਾਲ ਪਹਿਲਾਂ ਕੁਝ ਸਾਥੀ ਐਸੇ ਵੀ ਨੇ ਕਿ ਜਿਹੜੇ ਉਹ 20-25 ਸਾਲਾਂ ਦੇ ਸਾਥੀ ਵੀ ਇੱਥੇ ਆਇਆ ਮਿਲ ਪੈਂਦੇ ਤੇ ਅਗਰ ਨਾ ਅਜੇ ਮਿਲਦੀ ਨਹੀਂ ਪਤਾ ਹੀ ਨਹੀਂ ਹੁੰਦਾ ਕਿੱਥੇ ਕੋ ਹੈ ਕਿਸੇ ਨੂੰ ਔਰ ਸਾਰੇ ਸਾਥੀ ਇਸ ਟਾਈਮ ਆਪੋ ਆਪਣੀ ਜਗ੍ਹਾ ਤੇ ਕਾਮਯਾਬ ਆਪਣੋ ਆਪਣੇ ਦੁਆ ਕਰਨੇ ਕਰ ਰਹੇ ਨੇ ਔਰ ਬੇਸ਼ੁਮਾਰ ਐਸੇ ਅਮਰੀਕ ਜਿਹੜੇ ਬਹੁਤ ਜ਼ਿਆਦਾ ਸਿਰੀ ਸਮਰਥਾਂ ਦੇ ਵਿੱਚ ਮੁਬਤਲਾ ਨੇ ਔਰ ਐਲੋਪੈਥੀ ਤੋਂ ਇਲਾਜ ਦਵਾ ਕਰਵਾਉਣ ਦੇ ਵਿਚਾਰੇ ਮਜਬੂਰ ਹੋ ਕੇ ਬੇਬਸ ਹੋ ਜਾਂਦੇ ਤੋ ਕਿਸੇ ਵੀ ਬਹਾਨੇ ਨਾਲ ਫਿਰ ਇਹਨਾਂ ਸਾਥੀਆਂ ਦੇ ਕੋਲ ਆਉਂਦੇ ਨੇ ਅੱਲਾਹ ਤਾਲਾ ਉਹਨਾਂ ਨੂੰ ਇਹਨਾਂ ਸਾਥੀਆਂ ਦੇ ਹੱਥੋਂ ਅੱਲਾਹ ਸ਼ਫਾ ਦੇ ਮੈਂ ਸਿਰਫ ਇੱਕ ਮਰੀਜ਼ ਦਾ ਅੱਜ ਦਾ ਜ਼ਿਕਰ ਕਰਨਾ ਹੈ ਤੇ ਫਿਰ ਮੈਂ ਤੁਹਾਡੇ ਤੋਂ ਜਾਣਾ ਚਾਹੁੰਦਾ ਪਿਛਲੀ ਦਫ਼ਾ ਜਦੋਂ ਅਜਲਾਸ ਤੇ ਮੈਂ ਆਇਆ ਸਾਂ ਅੱਜ ਤੋਂ 2-3 ਮਹੀਨੇ ਪਹਿਲੇ ਮੈਂ ਇੱਕ ਮਰੀਜ਼ਾਂ ਦਾ ਬਿਆਨ ਕੀਤਾ ਸੀ ਜਿਹਦੇ ਦੋਨੋਂ ਗੁਰਦੇ ਖਰਾਬ ਹੋ ਗਏ ਔਰ ਉਹ ਅਲਹਮਦੁਲਿਲਾ ਹੁਣ ਤੱਕ ਬਿਲਕੁਲ ਠੀਕ ਹੈ ਕੋਈ ਦਵਾਈ ਕਿਸੇ ਕਿਸਮ ਦੀ ਨਹੀਂ ਖਾ ਰਹੇ
ਔਰ ਬਿਲਕੁਲ ਇਸ ਲਈ ਉਹ ਆਪਣੇ ਆਪ ਨੂੰ ਤੰਦਰੁਸਤ ਸਮਝਦੀ ਹੈ ਔਰ ਹਾਲੇ ਤੱਕ ਹੈ ਵੀ ਬਿਲਕੁਲ ਤੰਦਰੁਸਤ, ਉਹਨੂੰ ਦੁਬਾਰਾ ਹੁਣ ਦਵਾਈ ਦੀ ਵੀ ਜ਼ਰੂਰਤ ਨਹੀਂ। ਇਸੇ ਤਰੀਕੇ ਨਾਲ ਇੱਕ ਹੋਰ ਮਰੀਜ਼ ਮੇਰੇ ਕੋਲ ਆਏ ਨੇ, ਬਜ਼ੁਰਗ ਨੇ, ਉਮਰ ਉਹਨਾਂ ਦੀ ਹੈ ਕੋਈ 75 ਸਾਲ, ਉਹਨਾਂ ਦੇ ਵੀ ਦੋਨੋਂ ਗੁਰਦੇ ਜਿਹੜੇ ਨੇ ਉਹ ਖਰਾਬ ਹੋ ਗਏ। ਜਿਹੜੀ ਰਿਪੋਰਟ ਸੀ ਉਹਨਾਂ ਦੀ ਯੂਰੀਆ ਜਿਹੜਾ ਸੀ ਉਹ 335 ਸੀ ਔਰ ਕ੍ਰੀਟੀਨ ਜਿਹੜਾ ਸੀ ਉਹ 9.9 ਸੀ, ਯਾਨੀ 10 ਸਮਝੋ। ਇਸ ਹਾਲਤ ਵਿੱਚ ਜਾ ਕੇ ਡਾਕਟਰਾਂ ਨੇ ਮੁਕੰਮਲ ਤੌਰ ਤੇ ਉਹਨਾਂ ਨੂੰ ਜਵਾਬ ਦੇ ਦਿੱਤਾ ਸੀ ਕਿ ਸਵਾਏ ਵਾਸ਼ ਕਰਨ ਤੋਂ ਇਸ ਜ਼ਮੀਨ ਦਾ ਕੋਈ ਹੱਲ ਨਹੀਂ, ਇਹਨਾਂ ਦੇ ਗੁਰਦੇ ਮੁਕੰਮਲ ਤੌਰ ਤੇ ਡੈਡ ਹੋ ਗਏ, ਜਾਂ ਕੋਈ ਨਵਾਂ ਪਵੋ ਜਾਂ ਫਿਰ ਵਾਸ਼ ਕਰੋ, ਇਸ ਤੋਂ ਇਲਾਵਾ ਕੋਈ ਹੱਲ ਨਹੀਂ। ਅੱਲਾਹ ਤਾਲਾ ਕੋਈ ਅਸਬਾਬ ਪੈਦਾ ਕਰਦੇ ਨੇ, ਕਿਸੇ ਤਰੀਕੇ ਨਾਲ ਉਹਨਾਂ ਨੂੰ ਪਤਾ ਲੱਗਾ, ਉਹਨਾਂ ਫਿਰ ਫੋਨ ਕੀਤਾ, ਪੁੱਛਿਆ ਮੈਨੂੰ ਮੈਂ ਤੁਸੀਂ ਸੁਬਹ ਲੈ ਆਓ ਚੈੱਕ ਕਰੋ, ਕੋਸ਼ਿਸ਼ ਕਰਨੀ ਆ ਸ਼ਿਫਾ ਤਾਂ ਫਿਰ ਮੇਰੇ ਅੱਲਾ ਤੋਂ ਮਿਲ। ਉਧਰ ਦੇ ਇਲਾਜ ਹੁਣ ਖਤਮ ਹੋ ਗਿਆ, ਯਾਦ ਫਿਰ ਆਵਾਜ਼ ਕਰਵਾ ਲਓ, ਜੇ ਆਵਾਜ਼ ਵੀ ਇਲਾਜ ਕੋਈ ਨਹੀਂ ਉਹ ਤਾਂ ਫਿਰ ਤੁਹਾਨੂੰ ਦੋਹਰਾ ਕਰਵਾਉਣੇ ਪੈਣਗੇ, ਤੇ ਤੁਸੀਂ ਆ ਜਾਓ ਕੋਸ਼ਿਸ਼ ਕਰਨੀ ਆ ਅੱਲਾ ਗੈਰ ਕਰੇਗਾ। ਬਾਬਾ ਜੀ ਨੂੰ ਲੈ ਕੇ ਆਏ, ਉਹਨਾਂ ਦੀ ਉਸ ਟਾਈਮ ਹਾਲਤ ਇਹ ਸੀ ਕਿ ਗੱਡੀ ਦੇ ਵਿੱਚੋਂ ਵੀ ਉਹਨਾਂ ਨੂੰ ਨਾ ਫੜ ਕੇ ਕੱਢਿਆ ਸੀ, ਆਪਣੇ ਆਪ ਉਹਨਾਂ ਚ ਇੰਨੀ ਹਿੰਮਤ ਤਾਕਤ ਨਹੀਂ ਸੀ, ਉਹ ਆਪਣੇ ਆਪ ਗੱਡੀ ਤੋਂ ਨਿਕਲ ਕੇ ਦੁਕਾਨ ਵਿੱਚ ਆ ਜਾ ਕੇ ਬੈਠ ਗਿਆ। ਦਿਲ ਖਰਾਬ ਉਹਨਾਂ ਦਾ ਬਹੁਤ ਜ਼ਿਆਦਾ ਹੁੰਦਾ ਸੀ ਔਰ ਸਾਂਸ ਬਹੁਤ ਜ਼ਿਆਦਾ ਉੱਠਦਾ ਸੀ, ਇਹ ਉਹਨਾਂ ਦੀ ਹਾਲਤ ਹੋ ਗਈ। ਅੱਛਾ, ਬਾਅਦ ਤੋਂ ਤੁਸੀਂ ਫਿਰ ਇੱਕ ਸਵਾਲ ਕਰਨਾ ਹੈ, ਮੈਂ ਤੁਹਾਡਾ ਪਹਿਲੂ ਹੱਲ ਕਰਨਾ, ਤੁਸੀਂ ਫਿਰ ਪੁੱਛਣਾ ਕਿ ਉਹਦੀ ਨਬਜ਼ ਕੀ ਸੀ, ਲੇਕਿਨ ਨਬਜ਼ ਮੈਂ ਤੁਹਾਨੂੰ ਦੱਸ ਦਿੰਦਾ, ਨਬਜ਼ ਉਹਨਾਂ ਦੀ ਜਿਹੜੀ ਸੀ ਜਿਸ ਤਰ੍ਹਾਂ ਲੋਹੇ ਦੀ ਸਲਾਈ ਹੁੰਦੀ ਹੈ ਨਾ, ਇਸ ਤਰ੍ਹਾਂ ਉਹਨਾਂ ਦੀ ਨਬਜ਼ ਸੀ। ਮੇਰੇ ਕੋਲ ਬੱਚਾ ਹੁੰਦਾ ਇੱਕ, ਤੇ ਮੈਂ ਉਹਨੂੰ ਆਖਿਆ, ਮੈਂ ਕਿਹਾ ਲੈ ਵੀ ਪੁੱਤਰ ਗੱਲ ਇਹ ਵੇ ਬਾਬੇ ਇਹਨਾਂ ਦੀ ਅੱਜ ਨਬਜ਼ ਲੱਭ ਹੁੰਦਾ, ਤੇਰਾ ਹੀ ਪਤਾ ਲੱਗ ਜਾਏਗਾ ਉਹਨਾਂ ਨਬਜ਼ ਤੈਨੂੰ ਲੱਭਦੀ ਹੈ, ਉਹ ਜਿਉਂ ਲੱਗਾ ਵਿਚਾਰਾ ਵੇਖਣ ਅੱਜ ਨਬਜ਼ ਨਹੀਂ ਲੱਭਦੀ, ਚਲਦੀ ਕੋਈ ਨੀ। ਮੈਂ ਅੱਛਾ, ਮੈਂ ਕਿਹਾ ਇਹ ਪਤਾ ਹੀ ਨਬਜ਼ ਹੁੰਦੀ ਕਿੱਥੇ ਦੇ, ਮੈਂ ਉਹ ਕਿਉਂ ਜਾਵੇ ਨਾ, ਇਹ ਹੱਡੀ ਦੇ ਨਾਲ ਨਬਜ਼ ਹੁੰਦੀ ਹੈ, ਇਹ ਸਾਡੀ ਹੱਡੀ ਹੀ ਜਾਪਦੀ ਹੈ, ਜਿਵੇਂ ਆਹ ਹੱਡੀ ਨਹੀਂ ਹੁੰਦੀ ਆਪ ਸੁਕਾਰ ਲਈ, ਬਾਕੀ ਇਹ ਮੈਨੂੰ ਹੱਡੀ ਹੀ ਲੱਗਦੀ ਹੈ। ਮੈਂ ਕਿਹਾ ਹੱਡੀ ਨਹੀਂ, ਇਹ ਹੈ ਨਬਜ਼ ਹੀ, ਲੇਕਿਨ ਇਹਦੀ ਸੂਰਤ ਆਲੇ ਜਿਹੀ ਹੋ ਗਈ ਕਿ ਉਹ ਸਖਤ ਹੀ ਇੰਨੀ ਹੋ ਗਈ ਸੀ ਜਿਵੇਂ ਲੋਹੇ ਦੀ ਸਲਾਈ ਹੁੰਦੀ, ਉਹਦੇ ਵਿੱਚ ਨਬਜ਼ ਦੀ ਹਰਕਤ ਜਿਹੜੀ ਸੀ ਉਹ ਨਹੀਂ ਸੀ, ਮਹਿਸੂਸ ਨਹੀਂ ਸੀ। ਇੱਕ ਨਬਜ਼ ਦੇ ਵਿੱਚ ਮਾਮੂਲੀ ਜੀ ਕਰਕੇ ਨਾ ਇੱਥੇ ਅੱਗੇ ਕਰਕੇ ਮਾਮੂਲੀ ਜੀ
ਬੜੇ ਉਹ ਬੜੇ ਅਹਿਸਾਸ ਨਾਲ ਪਤਾ ਲੱਗਦਾ ਸੀ ਕਿ ਚੱਲਦੀ ਹੈ ਬੰਨੋ ਨਹੀਂ ਇਹ ਨਫਸ ਆ ਜੇ ਇਹ ਤੇ ਹੁਣ ਤੁਸੀਂ ਗੌਰ ਕਰਨਾ ਹੈ ਇਹ ਨਫਸ ਕਿਹੜੀ ਸੀ ਮੈਂ ਜੋ ਵੇਖਿਆ ਮੈਂ ਤੁਹਾਨੂੰ ਦੱਸ ਦਿੱਤਾ ਲੇਕਿਨ ਜੋ ਮੈਂ ਉਹਦਾ ਇਲਾਜ ਮੁਆਲਜਾ ਕੀਤਾ ਨੁਸਖੇ ਅੱਜ ਮੈਂ ਕੋਈ ਨੀ ਦੱਸਣੇ ਬਾਅਦ ਤੋਂ ਭਾਵੇਂ ਸਾਰੇ ਸਾਥੀ ਪੁੱਛ ਲਿਆ ਲੁਕਾਉਂਦਾ ਨਹੀਂ ਛੁਪਾਉਂਦਾ ਨਹੀਂ ਭਾਵੇਂ ਸਾਰੇ ਪੁੱਛਿਆ ਸਾਰਿਆਂ ਨੂੰ ਦੱਸਾਂਗਾ ਲੇਕਿਨ ਇੱਥੇ ਨਹੀਂ ਦੱਸਾਂਗਾ ਕਿਉਂ ਇਹ ਜੋ ਅਸੀਂ ਬਿਆਨ ਕਰਨੇ ਹਾਂ ਇਹ ਸਾਡਾ ਸਾਰਾ ਰਿਕਾਰਡ ਹੁੰਦਾ ਹੈ ਰਿਕਾਰਡ ਹੋ ਕੇ ਮੀਡੀਆ ਤੇ ਟੁੱਟ ਜਾਂਦਾ ਔਰ ਮੀਡੀਆ ਦੇ ਇਹਨੂੰ ਸੁਣਨ ਵਾਲੇ ਇੱਕ ਤੇ ਸਾਰੇ ਬੰਦੇ ਹਕੀਮ ਨੇ ਦੂਸਰੀ ਗੱਲ ਇਹ ਵੀ ਕਿ ਜਿਹੜੇ ਹਕੀਮ ਹੈ ਵੀ ਨੇ ਉਹ ਵੀ ਬਹੁਤ ਸਾਰੇ ਐਸੇ ਹਕੀਮ ਨੇ ਕਿ ਜਿਹੜੇ ਨਜ਼ਰੀਆ ਕਾਨੂੰਨ ਮੁਕਰਤ ਅਦਾ ਨੂੰ ਨਹੀਂ ਜਾਣਦੇ ਔਰ ਜਿਹੜੇ ਨਹੀਂ ਜਾਣਦੇ ਉਹਨਾਂ ਵਾਸਤੇ ਸਾਰੀਆਂ ਗੱਲਾਂ ਗਲਤ ਨੇ ਔਰ ਇਹ ਜੋ ਇਲਾਜ ਮੁਆਲਜਾ ਅਸੀਂ ਕਰਨੇ ਉਹਨਾਂ ਨੇ ਹੈ ਹੀ ਗਲਤ ਹੈ ਐਵੇਂ ਉਸ ਲੋਕ ਬਿਆਨ ਕਰਦੇ ਨੇ ਉਹ ਬੰਦਾ ਕਦੀ ਇਹਨਾਂ ਕੋਲੋਂ ਠੀਕ ਵੀ ਹੋਇਆ ਦਾਅਵੇ ਸਾਰਿਆਂ ਕੋਲ ਨੇ ਜਿੰਨੇ ਵੀ ਟੀਮ ਦੇ ਸਾਰਿਆਂ ਕੋਲ ਟੁੱਟ ਜਾਓ ਦਾਅਵੇ ਸਾਰੇ ਕਰੋਗੇ ਜੇ ਉਹਨਾਂ ਨੂੰ ਆਖੀ ਨਹੀਂ ਯਾਰ ਜਿਹੜਾ ਅਰੀਜ਼ ਤੁਹਾਡੇ ਕੋਲ ਬਚਿਆ ਉਹ ਕੌਣ ਹੋਗਾ ਤੇ ਫਿਰ ਆਇਓ ਮੈਂ ਕਰਦੇ ਇਸ ਵਾਸਤੇ ਨੁਸਖੇ ਮੈਂ ਨਹੀਂ ਦੱਸਣੇ ਅੱਜ ਵੱਧ ਤੋਂ ਵੱਧ ਸਾਰੇ ਪੁੱਛ ਲਿਆ ਮੈਂ ਉਸਨੂੰ ਜਨਾਬ ਦਾ ਦਵਾਈ ਦਿੱਤੀ ਸਿਰਫ ਚਾਰ ਦਿਨ ਮੈਂ ਭਈਆ ਚਾਰ ਦਿਨ ਦੀ ਦਵਾਈ ਲੈ ਜਾਓ ਤੇ ਇਹ ਗਲਾ ਦੇ ਨਹੀਂ ਜੇ ਨੂੰ ਚਾਰ ਦਿਨ ਤੋਂ ਬਾਅਦ ਕੋਈ ਬਿਹਤਰੀ ਹੋਈ ਤੇ ਉਹਨਾਂ ਆ ਜਾਇਆ ਤੇ ਨਾ ਹੋਈ ਤੇ ਭਾਈ ਉਹ ਤਾਂ ਰੁੱਕਿਆ ਫਿਰ ਜਗਵਾਸ ਕਰਵਾ ਲਿਆ ਚਾਰ ਦਿਨ ਵਿੱਚ ਮੈਂ ਜੀ ਇਨਸ਼ਾ ਇਨਸ਼ਾ ਬਾਬਾ ਜੀ ਟੁੱਟ ਗਿਆ ਹੋਊਗਾ ਠੀਕ ਹੈ ਚਾਰ ਦਿਨ ਦੀ ਮੈਂ ਦਵਾਈ ਦਿੱਤੀ ਉਹਨਾਂ ਨੂੰ ਚਾਰ ਦਿਨ ਦੀ ਕਦਾ ਦੱਸੀ ਚਾਰ ਦਿਨ ਤੋਂ ਬਾਅਦ ਜਿਸ ਲਿਆ ਰਹੇ ਨਾ ਤੇ ਅੱਜ ਕੱਲ੍ਹ ਨਾ ਸਾਡੇ ਨਾਲ ਮਰੀਜ਼ ਜ਼ਿਆਦਾ ਸਿਆਣਾ ਔਰ ਉਹਨਾਂ ਨੂੰ ਸਿਆਣਾ ਕਰ ਛੱਡਿਆ ਡਾਕਟਰਾਂ ਨੇ ਉਹਨਾਂ ਕੀਤਾ ਵੀ ਆਉਂਦੇ ਜਿਸਲੇ ਸ਼ਹਿਰ ਬਣੇ ਨਾ ਤੇ ਜਿਹੜੀ ਪਹਿਲੀ ਲਬਾਰਟਰੀ ਆਈ ਨਾ ਉਹਦੇ ਤੇ ਬਾਬੇ ਦਾ ਖੂਨ ਦੇ ਰਿਹਾ ਪਤਾ ਕਰੀਏ ਕਿ ਚੋਂ ਦੇ ਨਾਲ ਕੀ ਆ ਰਿਹਾ ਹੈ ਜੇ ਸੀ ਵਈ ਖਾਂਦੀ ਗੁਰਦੇ ਦੇ ਬਾਬੇ ਦੇ ਕੇ ਖਰਾਬ ਨਹੀਂ ਖਾਵੇ ਕਿ ਝੂਠੇ ਨਾ ਖਰਾਬ ਹੋ ਗਿਆ ਕਿੰਦੀ ਦਵਾਈਏ ਉਹ ਤੇ ਨਾ ਬਾਬੇ ਦਾ ਖੂਨ ਕੱਢ ਕੇ ਦੇ ਆ ਲਬਾਰਟਰੀ ਵਾਲੇ ਨੂੰ ਵੀ ਤੂੰ ਟੈਸਟ ਕਰ ਤੇ ਦੀ ਦਵਾਈ ਲੈ ਆ ਆਉਂਦੇ ਮਸ ਤੇਰੇ ਕੋਲ ਅੱਲੀ ਲਾ ਜੇ ਤੇ ਮੇਰੇ ਵਾਸਤੇ ਉਹਨਾਂ ਕਰਾਣੀ ਹੁੰਦੀ ਜਾਂ ਮੈਨੂੰ ਗੁਨਾਹ ਨਹੀਂ ਹੁੰਦੀ ਤੇ ਰਿਪੋਰਟ ਲੈ ਕੇ ਆਉਂਦੇ ਮੈਨੂੰ ਤਾਂ ਵਹਾਉ ਨਹੀਂ ਸਨ ਉਹਨਾਂ ਦਾ ਖਿਆਲ ਸੀ ਕਿ ਉਹ ਤੁਹਾਨੂੰ ਰਿਪੋਰਟ ਕਰਾਉਣੇ ਆ ਪਤਾ ਲੱਗ ਗਿਆ ਕਿ ਉਹਨੂੰ ਫਾਇਦਾ ਹੋਇਆ ਜਾਂ ਨਹੀਂ ਹੋਇਆ ਰਿਪੋਰਟ ਉਹਨਾਂ ਕਰਾਈ ਸਿਰਫ ਕ੍ਰੀਟੀਨਾਈਨ ਦੀ ਡਾਕਟਰਾਂ ਨੇ ਡਰਾਇਆ ਉਹਨਾਂ ਨੂੰ ਉਹਦਾ ਕ੍ਰੀਟੀਨਾਈਨ ਉਹਨਾਂ ਕਹਿੰਦਾ ਯੂਰੀਆ ਦੀ ਰਹਿਣ ਦੇਣੇ ਆ ਵੀ ਪੇਸ਼ ਕਰਵਾ ਲਾ ਜੀ ਕ੍ਰੀਟੀਨਾਈਨ ਦੀ ਕਰੋ ਮੇਰੇ ਕੋਲ ਆ ਗਿਆ ਕਰ ਮੈਂ ਵੇਖਿਆ ਉੱਠਿਆ ਬਾਬੇ ਨਾਲ ਪੁੱਛਿਆ ਬਾਬੇ ਜੀ ਆਂਦੇ ਨੇ ਪੁੱਤਰਾ ਮੈਨੂੰ ਅੱਜ ਲੱਗਦਾ ਹੈ ਜਿਵੇਂ ਨਾ ਐਵੇਂ ਨਾ ਕੋਈ ਉਹ ਮੂਲੀ ਜਾ ਕੋ ਫੱਕਾ ਹੋ ਸਕਦਾ ਹੈ ਮੈਂ ਪੁੱਤਰ ਲਈ ਵਧੀ ਤਾਂ ਨਹੀਂ ਇਹ ਨਹੀਂ ਤੇ ਮੈਂ ਪਿਛਾਪ ਐਨੀ ਅੱਗੇ ਨਾ ਹੁਣ ਬਾਬਾ ਆਉਣ ਲੱਗ ਪਿਆ ਮੈਨੂੰ ਨਾ ਅੱਗੇ ਪਿਛਾਪ ਕਰਦਾ ਮੈਂ ਇੱਕ ਹੋਰ ਲਾਉਂ ਮੈਂ ਜਦੋਂ ਪਿਛਾਪ ਕਰਦਾ ਹੁੰਦਾ ਮੈਨੂੰ ਦਰਦ ਬੜੀ ਹੁੰਦੀ ਸੀ ਉਹ ਮੇਰੀ ਦਰਦ ਠੀਕ ਹੋ ਗਈ ਹੈ ਹੁਣ ਮੈਨੂੰ ਦਰਦ ਨਹੀਂ ਹੁੰਦੀ ਪਿਛਾਪ ਮੈਨੂੰ ਹੁਣ ਜਿਹੜਾ ਆਉਂਦਾ ਹੈ ਨਾ ਹੁਣ
ਹੈ ਉਲਟੀ ਜਿਹੜੀ ਬੜੀ ਆਉਂਦੀ ਸੀ ਉਹ ਖਾ ਕੇ ਨਹੀਂ ਲੈਂਦੇ ਆਂਦੇ ਨੇ ਨਹੀਂ ਉਲਟੀ ਦਾ ਵੀ ਇਹ ਫਰਕ ਪੈ ਗਿਆ ਵੀ ਜਦੋਂ ਮੈਂ ਗਦਾਰ ਖਾਣਾ ਨਾ ਜੋ ਤੁਸੀਂ ਦੱਸਿਆ ਤੇ ਦਿਲ ਮਾੜਾ ਜਿਹਾ ਖਰਾਬ ਹੁੰਦਾ ਹੈ ਤੇ ਮੈਂ ਨਾ ਜਿਹੜੀ ਜੱਟ ਬੰਦਾ ਤੈਨੂੰ ਕਿ ਮੈਂ ਜਿਹੜੀ ਕੋਲ ਗੁੜ ਖਾ ਲਈ ਜਾਂਦਾ ਉਹ ਜੇ ਮੈਂ ਜਿਹੜੀ ਗੁੜ ਖਾ ਲਈ ਤਾਂ ਮੈਂ ਠੀਕ ਹੋ ਜਾਂਦਾ ਤੇ ਹੁਣ ਉਦੋਂ ਦੀ ਮੈਨੂੰ ਕਹਿ ਅਸ਼ਾ ਵੀ ਕੋਈ ਨਹੀਂ ਆਈ ਉਹ ਦਿਲ ਖਰਾਬ ਹੁੰਦਾ ਹੈ ਜਦੋਂ ਮੈਂ ਚੀਜ਼ ਖਾਵਾਂ ਤੇ ਉਹਦਾ ਹੁਣ ਮੈਨੂੰ ਕੁੜੀਆ ਲੱਭ ਗਿਆ ਮੈਂ ਨਾ ਜਿਹੜੀ ਗੁੜ ਖਾ ਲਈ ਮੈਂ ਠੀਕ ਹੋ ਜਾਂਦਾ ਮੈਂ ਕਿਹਾ ਸਹੀ ਮੈਂ ਬਾਬਾ ਤੂੰ ਇਨਸ਼ਾਅੱਲਾ ਬਚ ਗਿਆ ਬਾਕੀ ਦੇਰ ਤਾਂ ਲੱਗਣੀ ਹੈ ਤੇਰੀ ਮਦਦ ਥੋੜੀ ਜਿਹੀ ਇਲਾਜ ਲੱਗ ਤੂੰ ਘੰਟਿਆਂ ਨੂੰ ਮਿਲਣੀ ਹੈ ਦਵਾਈ ਲੈ ਆ ਕੇ ਆਉਂਦੇ ਫਿਰ ਜਾਂਦੇ ਫਿਰ ਮੈਂ ਜਾਂਦੇ ਆ ਲੈ ਕੇ ਨਾ ਮੈਨੂੰ ਸੈਂਡ ਜ਼ਰੂਰ ਕਰਿਆ ਜੇ ਮੈਨੂੰ ਵੀ ਪਤਾ ਲੱਗਿਆ ਕਿਹੜੇ ਪਾਸੇ ਉਹ ਜਾਂਦਿਆਂ ਨੂੰ ਰਿਪੋਰਟ ਲੈ ਗਏ ਉਸੇ ਹੀ ਉਹਨੇ ਤਸਵੀਰ ਬਣਾ ਕੇ ਮੈਨੂੰ ਸੈਂਡ ਜਾ ਕੀਤੀ ਜਿਸ ਵੇਲੇ ਉਹ ਮੈਂ ਤਸਵੀਰ ਵੇਖੀ ਤੇ ਉਹਦੇ ਤੇ ਕ੍ਰੀਟੀ ਨੈਨ ਆਇਆ ਤੋਂ ਉਹਦਾ ਕ੍ਰੀਟੀ ਨੈਨ ਆ ਗਿਆ ਦੋ ਮੈਂ ਸੱਚੀ ਗੱਲ ਦੇ ਕੇ ਮੇਰਾ ਨਾ ਜ਼ੀਨ ਇੰਨੀ ਤਸਲੀਮ ਨਾ ਕਰੇ ਕਿ ਮੈਂ ਕਿਉਂ ਬਿਨਾਂ ਚਲੋ ਪੜਾ ਹੁੰਦਾ ਤੇ ਮੈਂ ਉਹ ਰਿਪੋਰਟ ਜਿਹੜੀ ਹੈ ਨਾ ਆਪ ਸਾਹਿਬ ਨੂੰ ਮੈਂ ਸੈਂਡ ਕੀਤੀ ਆਪਣਾ ਉਸਤਾਦ ਮੁਹਤਰਮ ਹਕੀਮ ਸ਼ਾਹ ਸਾਹਿਬ ਨੂੰ ਮੈਂ ਸੈਂਡ ਕੀਤੀ ਮੈਂ ਸਰ ਇਹ ਰਿਪੋਰਟ ਇਹ ਤੇ ਕੋਲਾ ਵੇਖੋ ਕਿ ਇੰਜ ਹੋ ਕੀ ਸਕਦਾ ਹੈ ਕਿ ਨਹੀਂ ਮੈਨੂੰ ਆਉਂਦੇ ਨੇ ਹੋ ਜਾਂਦਾ ਹੁੰਦਾ ਇੰਜ ਰਿਪੋਰਟ ਠੀਕ ਹੈ ਚਲੋ ਫਿਰ ਮੈਨੂੰ ਹੁਣ ਕੁਝ ਤਸੱਲੀ ਹੋ ਗਈ ਸਹੀ ਹੈ ਤੋ ਜੀ ਉਹ ਆਏ ਜਿਸ ਨੂੰ ਹਫਤੇ ਦੀ ਦਵਾਈ ਦੇ ਛੜੀ ਉਹ ਤੱਕ ਆ ਲੈ ਕੇ ਟੁੱਟ ਗਿਆ ਹਫਤੇ ਬਾਅਦ ਆਇਆ ਤੇ ਬਾਬੇ ਨੂੰ ਪੁੱਛੇ ਮੈਂ ਬਾਬਾ ਸੁਣਾ ਕਹਿੰਦਾ ਪਰ ਤੁਹਾਡਾ ਗੱਲ ਇਹ ਵੇ ਜੋ ਤੂੰ ਦੱਸਿਆ ਨਾ ਬਿਲਕੁਲ ਮੈਂ ਕੀਤਾ ਹੁਣ ਜੋ ਹੀ ਆ ਤੇ ਉਹ ਜੇ ਮੈਂ ਹੋਣੀ ਜੇ ਕੰਮ ਕਾਰ ਮੇਰਾ ਐਡਾ ਕੁੰਮ ਧਿਆਨ ਨਾ ਲਾਇਆ ਮੈਨੂੰ ਉਹਨਾਂ ਕੋ ਖਾਣ ਪੀਣ ਦੱਸ ਹੋਣੀ ਇਹਨਾਂ ਭੁੱਖ ਬੜੀ ਲੱਗਦੀ ਆ ਤੇ ਹੁਣ ਇਹ ਕੰਮ ਕਾਰ ਕੋ ਮੈਨੂੰ ਨਾ ਖਾਣ ਪੀਣ ਦੱਸ ਮੈਂ ਤਾਂ ਖਾਣ ਪੀਣ ਤੇ ਤਾਂ ਹੀ ਦੱਸਾਂਗੇ ਭਾਈ ਤੂੰ ਆਪਣਾ ਆਪ ਦੱਸ ਤੇ ਇਹਨੂੰ ਕਿੰਨਾ ਕੁ ਫਰਕ ਹੈ ਆਂਦਾ ਪੁੱਤਰਾ ਗੱਲ ਇਹ ਵੇ ਗੱਲ ਮੈਂ ਕਰਨੀ ਸੱਚੀ ਮੈਂ ਸੱਚੀ ਦੇ ਹੀ ਪੁੱਛਣੇ ਆ ਕਹਿੰਦਾ ਪਰ ਮੇਰੇ ਹੁਣ ਸਾਰੇ ਰਾਹ ਖੁੱਲ ਗਏ ਤੇ ਮੇਰੇ ਹੁਣ ਸਾਰੇ ਰਾਹ ਚੱਲਦੇ ਅੱਗੇ ਮੇਰੇ ਬੰਦ ਸਨ ਮੈਂ ਅੱਛਾ ਮੈਂ ਕਹਾਂ ਸੌ ਪੁੱਤਰਾ ਬੜੀ ਨੀਂਦ ਆਉਂਦੀ ਤੇ ਮੈਂ ਖਾ ਪੀ ਕੇ ਆਇਆ ਨਹੀਂ ਉਹ ਜੋ ਤੁਸੀਂ ਦੱਸਿਆ ਖਾਣਾ ਤੋਂ ਕੋਲੋਂ ਇਹ ਤੋਂ ਉਹਦੇ ਨਾਲ ਹੁਣ ਭੁੱਖ ਤੇ ਨੀਂਦ ਨਾ ਲੈਂਦੀ ਤੂੰ ਕੋ ਖਾਣ ਨੂੰ ਦੱਸੋ ਮੈਂ ਦੱਸ ਦੇ ਮੈਂ ਯਾਰ ਰਿਪੋਰਟ ਕਰਾਉ ਰਿਪੋਰਟ ਨੂੰ ਕਰਵਾ ਦੇ ਜੇ ਮੈਂ ਯਾਰ ਇਹ ਕੰਮ ਕਰਨਾ ਹੈ ਅੱਠ ਦਿਨ ਦੀ ਹੋਰ ਦਵਾਈ ਕੋ ਫੇਰ ਕਰਵਾ ਲੋ ਜੀ ਅਸਾਂ 15 ਦਿਨ ਦਵਾਈ ਖਵਾ ਕੇ ਤੇ ਫੇਰ ਉਹਨਾਂ ਦੀ ਰਿਪੋਰਟ ਕਰਾਈ ਜਿਸ ਵੇਲੇ 15 ਦਿਨ ਦੀ ਰਿਪੋਰਟ ਤੋਂ ਬਾਅਦ ਜਿਹੜਾ ਸਾਨੂੰ ਰਿਜ਼ਲਟ ਮਿਲਿਆ
ਉਹਦੇ ਤੇ ਜਿਹੜਾ ਯੂਰੀਆ ਸੀ ਉਹ ਆਇਆ 75.6 ਤੇ ਕ੍ਰੀਟੀਨਿਨ ਜਿਹੜਾ ਹੈ ਨਾ ਉਹ ਫਿਰ ਆ ਗਿਆ ਕਿੰਨਾ 8 ਕ੍ਰੀਟੀਨਿਨ ਆ ਗਿਆ 8 ਜਿਹੜਾ ਦੋ ਹੋ ਗਿਆ ਯੂਰੀਆ ਆ ਗਿਆ 75 ਮੈਂ ਯਾਰ ਇਹ ਰਿਪੋਰਟ ਫਿਰ ਜਾਂ ਤੇ ਇਹ ਵੀ ਕਿ ਇਹਦਾ ਯੂਰੀਆ ਰਹਿੰਦਾ 250-300-200 ਰਹਿੰਦਾ ਤੇ ਕਹਿੰਦੇ ਵੀ ਇਹਦਾ ਕ੍ਰੀਟੀਨਿਨ ਜਿਹੜਾ ਉਹ ਚਲੋ 8 ਹੈ ਯੂਰੀਆ ਹੋ ਗਿਆ 75 ਕ੍ਰੀਟੀਨਿਨ ਦੋ ਦੋ ਫਿਰ 8 ਮੇਰਾ ਨਹੀਂ ਨਹੀਂ ਮੰਨਦਾ ਪਤਾ ਨੀ ਇਹ ਰਿਪੋਰਟ ਨਹੀਂ ਕਿਤੇ ਗਲਤ ਦੇ ਪਾਰਟੀਆਂ ਨੇ ਅੱਜ ਕੱਲ ਆਮ ਨੇ ਐਵੇਂ ਹੀ ਫੁੱਕਾ ਲਾ ਦਿੰਦੇ ਮੈਂ ਨਾ ਫਿਰ ਰਿਪੋਰਟ ਇਹਨਾਂ ਨੂੰ ਸੈਂਡ ਕੀਤੀ ਅਫਸਰ ਨੂੰ ਸੈਂਡ ਕੀਤੀ ਮੈਂ ਕਿਹਾ ਰਿਪੋਰਟ ਤੇ ਪੜੋਏ ਕੀ ਜਾਂਦੇ ਤੇ ਨਾਲੇ ਮੈਂ ਇਹ ਦੱਸੋਵਾਂ ਕਿ ਇਹ ਕ੍ਰੀਟੀਨਿਨ ਜਿਹੜਾ ਇਹ 9.9 ਹੋਵੇ ਤੇ ਯੂਰੀਆ ਹੋਵੇ 335 ਤੇ ਯੂਰੀਆ ਘਟ ਕੇ ਆ ਗਿਆ 75 ਤੇ ਕ੍ਰੀਟੀਨਿਨ 5-8 ਇਹਨੂੰ ਵੀ ਕਰਨਾ ਚਾਹੀਦਾ ਸੀ ਸਾਡੇ ਇਹਨੂੰ ਵੀ ਆਉਣਾ ਚਾਹੀਦਾ ਸੀ ਮੈਨੂੰ ਅੱਖ ਲੱਗੇ ਇੰਜ ਵੀ ਹੋ ਜਾਂਦਾ ਹੁੰਦਾ ਕਦੇ ਕਦੇ ਇੰਜ ਵੀ ਹੋ ਜਾਂਦਾ ਚਲੋ ਜੀ ਠੀਕ ਹੈ ਮੈਂ ਠੀਕ ਹੈ ਲੇਕਿਨ ਅਸਲ ਜਿਹੜੀ ਗੱਲ ਸੀ ਨਾ ਇੱਕ ਗੱਲ ਮੈਂ ਪਿਛਲੇ ਅਜਲਾਸ ਤੇ ਕੀਤੀ ਸੀ ਮੇਰਾ ਸਾਰਾ ਮਕਸਦ ਤੁਹਾਨੂੰ ਉਹ ਗੱਲ ਸਮਝਾਉਣੀ ਕਿ ਅਸੀਂ ਗਲਤੀ ਕਿੱਥੇ ਕਰਨੀ ਹੈ ਸਾਡੇ ਤੋਂ ਗਲਤੀ ਹੁੰਦੀ ਕਿੱਥੇ ਕੱਲ ਮੈਂ ਸਿਰਫ ਤੁਹਾਨੂੰ ਉਹ ਦੱਸਣੀ ਚਲੋ 15 ਦਿਨ ਉਹਨਾਂ ਨੂੰ ਦਵਾਈ ਖਵਾਈ 15 ਦਿਨ ਦਵਾਈ ਖਵਾ ਕੇ ਖਾ ਪੀ ਕੇ ਲੈਂਦੇ ਨੇ ਹੁਣ ਮੇਰਾ ਦਿਲ ਨੀ ਖਰਾਬ ਹੁੰਦਾ ਮੈਨੂੰ ਗੁੜ ਨੀ ਖਾਣਾ ਪੈਂਦਾ ਅੱਗੇ ਤੇ ਖਾ ਕੇ ਦਿਲ ਖਰਾਬ ਹੁੰਦਾ ਨੀ ਗੁੜ ਖਾਣਾ ਪੈਂਦਾ ਹੁਣ ਦਿਲ ਦੁਲ ਨੀ ਖਰਾਬ ਹੁੰਦਾ ਹੁਣ ਮੈਂ ਖਾ ਲੈਂਦਾ ਮੈਂ ਤੇ ਰਿਪੋਰਟ ਕਰਾ ਲਈ ਉਹ ਜਿਸ ਰਿਪੋਰਟ ਕਰਾਈ ਨਾ ਤਾਂ ਯੂਰੀਆ ਜਿਹੜਾ ਉਹ ਆ ਗਿਆ 5 ਤੇ ਕ੍ਰੀਟੀਨਿਨ ਯੂਰੀਆ ਆ ਗਿਆ 75 ਤੇ ਕ੍ਰੀਟੀਨਿਨ ਆ ਗਿਆ 5 ਮੈਂ ਸਹੀ ਮੈਂ ਬਾਬਾ ਜੀ ਸੁਣਾਓ ਤੁਹਾਨੂੰ ਕੀ ਮਹਿਸੂਸ ਹੁੰਦਾ ਰਿਪੋਰਟਾਂ ਨੂੰ ਛੱਡੋ ਮੈਂ ਕੋਈ ਬਥੇਰੇ ਬੰਦੇ ਹੋ ਸਿਆਣੇ ਹੋ ਸਮਝਦਾਰ ਤੁਹਾਨੂੰ ਕੀ ਮਹਿਸੂਸ ਹੁੰਦਾ ਉਹਦਾ ਪੁੱਤਰਾ ਜੇ ਮੈਨੂੰ ਨੀ ਪੁੱਛ ਰਹੀ ਤਾਂ ਮੈਂ ਤੇ ਹੁਣ ਇਸ ਲਈ ਜੇ ਮੈਂ 16 ਦਿਨ ਮੈਨੂੰ ਜਵਾਬ ਦੇ ਕੋਈ ਤਕਲੀਫ ਨਹੀਂ ਪਿਸ਼ਾਬ ਮੈਨੂੰ ਬੜਾ ਆਉਂਦਾ ਖੁੱਲ ਕੇ ਆਉਂਦਾ ਰਾਤ ਨੂੰ ਵੀ ਇੱਕ ਦੋ ਵਾਰੀ ਆਉਂਦਾ ਦਰਦ ਕੋਈ ਨਹੀਂ ਹੁੰਦੀ ਦਿਲ ਮੇਰਾ ਖਰਾਬ ਕੋਈ ਨਹੀਂ ਹੁੰਦਾ ਮੈਂ ਸਾਰਾ ਦਿਨ ਹੁਣ ਡੇਰੇ ਤੇ ਲਗਾ ਲੂਗਾ ਖੇਡਣਾ ਥੋੜਾ ਬਾਦਾ ਸਾਧੂ ਮੇਰਾ ਕੋਈ ਨਹੀਂ ਛੱਡਦਾ ਤੇ ਮੇਰੇ ਤਾਂ ਹੁਣ ਸਾਰੇ ਰਾਤ ਖੁੱਲ ਗਏ ਨੇ ਤੇ ਮੈਂ ਠੀਕ ਹਾਂ ਮੈਂ ਚਲੋ ਉਹਨਾਂ ਖਾ ਕੇ ਮੈਂ ਉਹਨਾਂ ਨੂੰ ਫਿਰ ਦਵਾਈ ਦੇ ਦਿੱਤੀ ਮੈਂ ਚਲੋ ਇਹ ਖੌਫ ਖਾ ਕੇ ਆਓ ਫਿਰ ਉਸ ਤੋਂ ਬਾਅਦ ਉਹ ਹਾਲੇ ਤੱਕ ਆਏ ਨਹੀਂ ਇਹ ਹੁਣ ਪਤਾ ਨਹੀਂ ਕਿ ਬਾਬੇ ਦੀ ਫੌਤ ਹੋ ਗਏ ਨੇ ਜਾਂ ਉਹ ਕਬਲ ਤੰਦਰੁਸਤ ਹੋ ਗਏ ਨੇ ਉਹ ਆਪਣੇ ਆਪ ਨੂੰ ਤੰਦਰੁਸਤ ਸਮਝਦੇ ਨੇ ਉਹ ਤਜਰਬਾ ਕਰਨ ਲੱਗ ਪਏ ਛੱਡ ਕੇ ਵੇਖੀਏ ਬਾਬੋ ਕੀ ਹੁੰਦਾ ਛੱਡ ਕੇ ਵੇਖੀਏ ਉਹ ਵਾਲਾ ਕੀ ਹੁੰਦਾ
ਅਸਲ ਗੱਲ ਜਿਹੜੀ ਹੈ ਨਾ ਉਹ ਮੈਂ ਜੇ ਤੁਹਾਨੂੰ ਦੱਸਣੀ ਹੈ, ਜਿਹੜੀ ਇੱਕ ਨੁਕਤੇ ਦੀ ਗੱਲ ਇਹਦੇ ਵਿੱਚ ਕਿ ਕ੍ਰੀਟੀਨਾਇਨ ਦੁਬਾਰਾ ਕਿਉਂ ਵਧਿਆ। ਪਿਛਲੀ ਦਫਾ ਮੈਂ ਗੱਲ ਕੀਤੀ ਸੀ ਕਿ ਜਿਸ ਬੰਦੇ ਦੇ ਗੁਰਦੁਆਰੇ ਤੇ ਨਾ ਤੁਹਾਡੀ ਵੀਡੀਓ ਦੇ ਬੜੇ ਬੰਦਿਆਂ ਸਵਾਲ ਕੀਤੇ, ਪਿਛਲੀ ਵਾਰ ਤੋਂ ਪੜੀ ਸੀ ਨਾ, ਬੜੇ ਬੰਦਿਆਂ ਸਵਾਲ ਕੀਤੇ ਕਿ ਇਹ ਦੱਸੋ ਗੁਰਦੁਆਰਾ ਸੁੱਕੜ ਦੇ ਕਿੱਥੇ। ਇਹਨਾਂ ਦਾ ਇਲਾਜ ਕੀ ਹੈ? ਕਈਆਂ ਕੀ ਮਨ ਦੇ ਵੀ ਆਖਿਆ ਵੀ ਅਸੀਂ ਕਰਦੇ ਹੀ ਸਿਰਫ ਗੁਰਦਿਆਂ ਦਾ ਇਲਾਜ ਹੈ, ਪੜਿਆ ਕੀ ਮਗਰ ਗਏ ਆ, ਸਾਰਾ ਪਾਕਿਸਤਾਨ ਦੇ ਕੀਮਤ ਚੜੇ ਨੇ, ਪੜੇ ਵਾਦੇ ਤੇ ਪੜੇ ਦਾਵੇ ਤੇ ਪੜੇ ਦੇ ਨਾਮ ਬਿੰਦਰ ਤਾਰ, ਲੇਕਿਨ ਜੇ ਉਹਨਾਂ ਨੂੰ ਆਖੀ ਨੂੰ ਮਰੀਜ਼ ਨੂੰ ਪਾਉਂਦਿਆਂ ਨੇ ਤੇ ਫਿਰ ਫਿਰ ਕੇ ਹੋ ਆਏ ਆ ਜਿਹਦੇ ਕੋਲ ਜਾਂਦੇ ਆ, ਜੋ ਖਾਰ ਕਲਮੀ ਛੋਰਾ ਤੇ ਆਪਣਾ ਸਾਬੀ ਗੁੱਡੀ ਤੇ ਸਾਬੀ ਦਲਾਦੀ ਤੋਂ ਆਗਾ ਕੋਟੇਟਾ ਪਤਾ ਸਾਰਾ ਇਹ ਇਲਾਜ ਦੱਸਦੇ। ਜੇ ਇਹ ਇਲਾਜ ਹੈ ਤਾਂ ਮੁੜ ਹਰ ਕਿੰਗ ਕੋਲ ਬੰਦਾ ਠੀਕ ਹੋਵੇ ਕਿਉਂ ਨਹੀਂ ਠੀਕ? ਮੈਂ ਚਲੋ ਯਾਰ ਤੂੰ ਸਾਡੇ ਨਾਲ ਸੀਨੀਅਰ ਹੈ ਤੇ ਚੰਗੀ ਗੱਲ ਕਰਦੇ ਹੋ, ਮੈਂ ਕਿਹਾ ਤੁਸੀਂ ਇਹ ਦੱਸੋ ਤੁਹਾਡੇ ਕੋਲ ਕਿੰਨੇ ਕੁ ਠੀਕ ਹੋ। ਮੈਂ ਚਲੋ ਹੋਰ ਤਾਂ ਨਹੀਂ ਕਿਸੇ ਕੋਲ ਹੋਇਆ, ਤੁਸੀਂ ਜੋ ਕਰਦੇ ਹੋ ਤੁਹਾਡੇ ਕੋਲ ਕਿੰਨੇ ਹੋਏ ਨੇ? ਅੱਛਾ ਮੈਂ ਜ਼ਬਾਨੀ ਕਲਾਮੀ ਤੇ ਗੱਲਾਂ ਬਹੁਤ ਨੇ, ਲੇਕਿਨ ਜਿਹੜੇ ਠੀਕ ਹੋਏ ਨੇ ਉਹਨਾਂ ਨੂੰ ਮੈਂ ਤੈਨੂੰ ਭੇਜ ਦੇਣਾ, ਪੜ੍ਹ ਕੇ ਭੇਜ ਦੇਣਾ। ਬਾਬੇ ਦਾ ਕਿਉਂ ਵਧਿਆ ਤੇ ਕਿਹੜੇ ਇਲਾਜ ਨਾਲ ਵਧਿਆ ਸਿਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਪਿਛਲੀ ਵਾਰ ਮੈਂ ਤੁਹਾਨੂੰ ਇਹ ਗੱਲ ਦੱਸੀ ਸੀ ਗੁਰਦੀ ਸਾਬੀ ਇਲਾਜ ਕਰਨ ਨਾਲ ਮਰੀਜ਼ ਗੁਰਦਿਆਂ ਇਲਾਜ ਜਿਹਦੇ ਗੁਰਦੇ ਸੁੱਕੜੇ ਹੋਣ, ਦੂਜਿਆਂ ਦੀ ਮੈਂ ਗੱਲ ਨਹੀਂ ਕਰਦਾ, ਜਿਸ ਮਰੀਜ਼ ਦੇ ਗੁਰਦੇ ਸੁੱਕੜੇ ਹੋਣ ਕੱਤਨ ਗੁਰਦੀ ਸਾਬੀ ਚ ਠੀਕ ਨਹੀਂ ਹੋ ਸਕਦਾ, ਪਰ ਸਾਰੀ ਉਮਰ ਨੂੰ ਦਵਾਈ ਪਾਉਣ। ਔਰ ਤੁਹਾਨੂੰ ਮੈਂ ਤਜਰਬਾ ਵੀ ਦੱਸਿਆ ਸੀ ਕਿ ਇਹਦੇ ਤੇ ਤਜਰਬੇ ਵੀ ਹੋਏ ਨੇ, ਜਦੋਂ ਕੀਤਾ ਇੰਜੀ ਹੋਇਆ। ਮੈਂ ਵੀ ਬਾਬਿਆਂ ਨੂੰ ਨਾ ਤਰਿਆ ਕੇ ਗੁਰਦਾ ਦਿੱਤਾ ਸੀ, ਬਾਬੇ ਨਾਲ ਨੂੰ ਤਰਿਆ ਕੇ ਗੁਰਦੇ ਹੀ ਦਿੱਤਾ ਸੀ, ਪਹਿਲਾਂ ਹੋਰ ਦਿੱਤੀ ਸੀ ਚਾਰ ਦਿਨ ਦਵਾਈ ਜਿਹਦੇ ਨਾਲ ਕ੍ਰੀਟੀਨਾਇਨ ਘਟਿਆ ਸੀ। ਮੈਂ ਕਿਹਾ ਇਹ ਦੇਖ ਤੇ ਵੇਖੀਏ, ਤਰਿਆ ਕੇ ਗੁਰਦਾ ਦਿੱਤਾ ਤੇ ਕ੍ਰੀਟੀਨਾਇਨ ਫਿਰ ਅੱਠ ਹੋ ਗਈ ਸੀ, ਤੇ ਤਰਿਆ ਕੇ ਗੁਰਦਾ ਲਾਇਆ ਜਿਸ ਵੇਲੇ ਕ੍ਰੀਟੀਨਾਇਨ ਡਾਊਨ ਹੋ ਗਿਆ ਔਰ ਯੂਰੀਆ ਜਿਹੜਾ 75 ਤੇ ਆ ਗਿਆ। ਮੇਰਾ ਖਿਆਲ ਹੈ ਹੁਣ ਅੱਲਾ ਕਰੇ ਹੁਣ 8-10 ਦਿਨ ਹੋ ਗਏ, ਹੋ ਸਕਦਾ ਹੋ ਠੀਕ ਠਾਕ ਨੇ, ਚੱਲਦੇ ਫਿਰਦੇ ਨੇ, ਜੱਟ ਜ਼ਿਮੀਂਦਾਰ ਬੰਦੇ ਨੇ, ਡੇਰੇ ਟੁੱਟਦੇ ਜਾਣਾ ਆਉਣਾ ਇਹ ਉਹਨਾਂ ਦਾ ਕੰਮ ਹੈ।